ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਵਧੀਆ ਦਿਨ ਹੈ ਕਿ ਅਸੀਂ ਬੜੇ ਲੱਕੀ ਹਾਂ ਕਿ ਸਾਡੇ ਨਾਲ ਸਿੱਖ ਐਸੋਸੀਏਸ਼ਨ ਆਫ ਵੈਸਟ ਆਸਟ੍ਰੇਲੀਆ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਹਰਭਜਨ ਸਿੰਘ ਵੈਜਵਨ ਜੀ ਮੇਰੇ ਨਾਲ ਨੇ ਖੱਬੇ ਪਾਸੇ, ਅਤੇ ਮੇਰੇ ਰਾਈਟ ਹੈਂਡ ਸਾਈਡ 'ਤੇ ਜਿਹੜੇ ਪ੍ਰੀਵੀਅਸ ਪ੍ਰੈਜ਼ੀਡੈਂਟ ਰਹੇ ਨੇ ਆਪਣੇ ਅਮਰ ਜੀ ਉਹ ਨੇ। ਅਤੇ 2007 'ਚ ਮੈਂ ਜਦੋਂ ਆਇਆ ਇਹਨਾਂ ਨੇ ਮੈਨੂੰ ਸੰਭਾਲਿਆ ਵੀ, ਮੈਨੂੰ ਅੱਜ ਵੀ ਦਿਨ ਯਾਦ ਹੈ। ਅਤੇ ਬੜੇ ਲੱਕੀ ਹੈ, ਬਹੁਤ ਹੀ ਵਧੀਆ ਦਿਨ ਹੈ। ਅੱਜ ਆਪਾਂ ਪੁੱਛਦੇ ਹਾਂ ਵੀ ਇਹਨਾਂ ਦੋਨਾਂ ਦਾ ਸਫ਼ਰ ਕਿਵੇਂ ਰਿਹਾ। ਪ੍ਰਧਾਨ ਜੀ ਤੋਂ ਪੁੱਛਦੇ ਹੋ ਵੀ ਪ੍ਰੈਜ਼ੀਡੈਂਟ ਸਾਹਿਬ ਤੁਸੀਂ 1957 ਦੇ ਵਿੱਚ ਆਸਟ੍ਰੇਲੀਆ ਪਰਤ ਆਏ ਜੀ, ਤੁਹਾਡਾ ਜਰਨੀ ਕਿਵੇਂ ਰਹੀ ਸ਼ੁਰੂ 'ਚ? ਜਦੋਂ ਅਸੀਂ ਆਏ ਸੀ ਇੱਥੇ 1957 ਦੇ ਵਿੱਚ, ਉਦੋਂ ਸਿਰਫ ਸਟੂਡੈਂਟਸ ਹੀ ਆ ਸਕਦੇ ਸੀ ਕਿਉਂਕਿ ਇੱਥੇ ਸੀ ਵਾਈਟ ਆਸਟ੍ਰੇਲੀਆ ਪੋਲਿਸੀ, ਅਤੇ ਇੱਥੇ ਅਸੀਂ ਕੋਲੰਬੋ ਪਲੈਨ ਦੇ ਰਾਹੀਂ ਆਉਂਦੇ ਸਟੂਡੈਂਟਸ ਪੜ੍ਹਨ ਵਾਸਤੇ। ਅਤੇ ਉਦੋਂ ਸਿੱਖ ਇੱਥੇ 10 ਬੰਦੇ ਹੀ ਸੀ, ਉਦੋਂ 10 ਸਟੂਡੈਂਟਸ ਸੀ, ਸਿਰਫ 10। ਵੈਰੀ ਅੱਛਾ ਜੀ। ਅਤੇ ਉਹਦੇ ਬਾਅਦ 1960 ਦੇ ਵਿੱਚ ਇਹਨਾਂ ਨੇ ਉਹ ਵਾਈਟ ਆਸਟ੍ਰੇਲੀਆ ਪੋਲਿਸੀ ਰਿਲੈਕਸ ਕਰਤੀ ਸੀ, ਅਤੇ ਉਹਦੇ ਬਾਅਦ ਉਹਨਾਂ ਨੇ ਅਲਾਓ ਕਰਤੇ ਸੀ ਜਿਹੜੇ ਪ੍ਰੋਫੈਸ਼ਨਲ ਬੰਦੇ ਇੱਥੇ ਆ ਸਕਦੇ, ਲੋਇਰਸ, ਡਾਕਟਰਸ, ਇੰਜੀਨੀਅਰਸ, ਹੌਲੀ ਹੌਲੀ ਆਉਣ ਲੱਗ ਪਏ। ਫਿਰ 1970 ਦੇ ਵਿੱਚ ਕਾਫੀ ਬੰਦੇ ਦੇਸ਼ੋਂ ਇੱਥੇ ਆਉਣ ਲੱਗ ਗਏ, ਅਤੇ ਕਈਆਂ ਨੇ ਇੱਥੇ ਆ ਕੇ ਆਪਣੇ ਪਾਸਪੋਰਟ ਸਿੱਟ ਕੇ ਅਤੇ ਮੁੜ ਗਏ ਸੀ, ਇਲੀਗਲ ਹੋ ਗਏ। ਬਟ 75 ਦੇ ਵਿੱਚ ਉਹਨਾਂ ਨੇ ਐਮਨੈਸਟੀ ਡਿਕਲੇਅਰ ਕੀਤੀ ਵੀ ਜਿਹੜੇ ਵੀ ਇਲੀਗਲ ਬੰਦੇ ਹੈ ਤੁਸੀਂ ਆਓ ਅਤੇ ਅਸੀਂ ਤੁਹਾਨੂੰ ਫੋਰਵਰਡ ਦੇ ਦੂੰਗੇ। ਅਤੇ ਉਹ 75 'ਚ ਕਾਫੀ ਸਾਡੀ ਆਬਾਦੀ ਵੱਧ ਗਈ ਸੀ, ਅਤੇ ਅਸੀਂ ਉਦੋਂ ਐਸੋਸੀਏਸ਼ਨ ਰਜਿਸਟਰ ਕੀਤਾ ਸੀ। ਮੈਂ ਸੀ, ਸਰਦੂਲ ਸਿੰਘ ਸੀ, ਜ਼ੋਰਾ ਸਿੰਘ ਸੀ, ਅਤੇ ਅਸੀਂ ਦੀਵਾਨ ਲਾਉਂਦੇ ਸੀ ਮਹੀਨੇ 'ਚ ਇੱਕ ਵਾਰੀ ਲੋਕਾਂ ਦੇ ਘਰ ਪਹਿਲਾਂ। ਜਦੋਂ ਫਿਰ ਸਾਡੀ ਵੱਧ ਗਈ ਸਾਡੀ ਸੰਗਤ ਹਾਂਜੀ, ਫਿਰ ਅਸੀਂ ਹੋਲ ਹਾਇਰ ਕਰਨ ਲੱਗ ਗਏ। ਅਤੇ ਜਦੋਂ ਮੈਂ ਪ੍ਰਧਾਨ ਬਣਿਆ ਸੀ ਪਹਿਲੀ ਵਾਰੀ, ਮੈਂ ਕਿਹਾ ਅਸੀਂ ਆਪਣੀ ਬਿਲਡਿੰਗ ਫੰਡ ਸ਼ੁਰੂ ਕਰਨਾ ਚਾਹੀਦਾ ਕਿਉਂਕਿ ਆਪਣੀ ਜਗ੍ਹਾ ਬਣਾਉਣੀ ਚਾਹੀਦੀ ਹੈ। ਅਤੇ ਫਿਰ ਅਸੀਂ ਹਾਈਡ ਪਾਰਕ 'ਚ ਅਸੀਂ ਮੇਲਾ ਲਾਉਂਦੇ ਸੀ 3 ਦਿਨ, ਉੱਥੇ ਅਸੀਂ ਕਰੀ ਵੇਚ ਕੇ ਸਾਰਾ ਕੁਝ, ਸਾਰਿਆਂ ਦਾ ਬੜਾ ਏਕਾ ਸੀ, ਬੜਾ ਪਿਆਰ ਸੀ, ਅਸੀਂ ਮਿਹਨਤ ਕਰਕੇ ਹੌਲੀ ਹੌਲੀ ਥੋੜ੍ਹੇ ਜਿਹੇ ਪੈਸੇ ਜੋੜੇ। ਸੋ ਫਿਰ 1985 ਦੇ ਵਿੱਚ ਅਸੀਂ ਪਹਿਲਾ ਆਪਣਾ ਟਿਕਾਣਾ ਬਣਾਇਆ ਸੀ, ਇਹ ਪੁਰਾਣਾ ਗਿਰਜਾ ਖਰੀਦਿਆ ਸੀ 43,000 ਨੂੰ। 43,000 ਕਿਹੜੇ ਏਰੀਏ 'ਚ ਜੀ? ਇਹ ਕੈਨਸਿੰਗਟਨ 'ਚ। ਅਤੇ ਉੱਥੇ 100-150 ਬੰਦਾ ਬੈਠ ਸਕਦਾ ਸੀ, ਉਹ ਠੀਕ ਸੀ। 4-5 ਸਾਲ ਫਿਰ ਸਾਡਾ ਆਬਾਦੀ ਵਧਣ ਲੱਗ ਗਈ, ਫਿਰ ਅਸੀਂ ਕੱਲ੍ਹ ਦਾ ਘਰ ਵੀ ਲੈ ਲਿਆ ਸੀ, ਸੋਚੇ ਸੀ ਅਸੀਂ ਵਧੂਗੇ, ਪਰ ਉੱਥੇ ਤਾਂ ਸਾਨੂੰ ਆਜ਼ਾਦ ਉਹ ਨਹੀਂ ਮਿਲੀ, ਪਰਮਿਸ਼ਨ ਨਹੀਂ ਮਿਲੀ। ਫਿਰ ਅਸੀਂ ਬਾਹਰ ਦੇਖਣ ਲੱਗ ਗਏ ਵੀ ਅਸੀਂ ਕੋਈ ਹੋਰ ਜਗ੍ਹਾ ਲੱਭੀਏ, ਬਹੁਤ ਅਸੀਂ ਢੂੰਡੀ, 7-8 ਜਗ੍ਹਾ ਲੱਭੀਆਂ, ਕਿਤੇ ਪਾਣੀ ਨਹੀਂ ਸੀ, ਕਿਤੇ ਬਿਜਲੀ ਨਹੀਂ ਸੀ, ਅਖੀਰ 'ਚ ਸਾਨੂੰ ਕੈਨਿੰਗਵੇਲ ਵਾਲੀ ਜਗ੍ਹਾ ਲੱਭੀ। ਵੈਰੀ ਗੁੱਡ, ਬੜੀ ਵਧੀਆ ਜਗ੍ਹਾ ਉਹ ਜੀ। ਉਹ ਕਿਹੜੇ ਈਅਰ ਦੀ ਗੱਲ ਹੈ ਜੀ? ਇਹ ਹੈਗੀ 1998 ਉਹ ਲਿਆ ਸੀ ਅਸੀਂ ਜਗ੍ਹਾ 380,000 5 ਏਕੜ ਵਿੱਚ, ਘਰ ਵੀ ਸੀ 5 ਏਕੜ
ਕਿ ਨਾਲੇ ਘਰ ਸੀ ਉਹਦੇ ਵਿੱਚ ਜਿਸੇ ਹੁਣ ਗਿਆਨੀ ਰਹਿੰਦਾ। ਫਿਰ 2000 'ਚ ਅਸੀਂ ਉਹ ਨਵਾਂ ਗੁਰਦੁਆਰਾ ਬਣਾਇਆ ਸੀ ਅਤੇ 2000 ਅਸੀਂ ਉੱਥੇ ਦੀਵਾਨ ਲਾਉਣ ਲੱਗ ਗਏ। 2000 ਤੋਂ ਲੱਗ ਕੇ ਹੁਣ ਤੱਕ ਉਹ ਗੁਰਦੁਆਰਾ ਚੱਲ ਰਿਹਾ। ਉਦੋਂ ਆਪਣੀ ਸੰਗਤ ਕਿੰਨੀ ਕੁ ਸੀ ਆਪਣੇ ਬਿਟਵੀਨ 1975 to 2000 ਆਪਣੇ ਕਿੰਨੇ ਕੁ ਲੋਕ ਸੀਗੇ ਮਤਲਬ ਉਦੋਂ ਤੱਕ? ਉਦੋਂ ਹੌਲੀ ਹੌਲੀ 300-400 ਬੰਦੇ ਸੀ ਅਤੇ ਅਸੀਂ ਆਖਿਆ ਪੁਰਾਣੀ ਗੁਰਦੁਆਰਾ ਬਣਾਉਂਦੇ। ਅਸੀਂ ਬਣਾਇਆ ਗੁਰਦੁਆਰਾ ਅਤੇ ਕਾਫੀ ਬੰਦੇ ਕਹਿੰਦੇ ਐਡਾ ਵੱਡਾ ਗੁਰਦੁਆਰਾ ਕਿਉਂ ਬਣਾਇਆ, ਇੱਥੇ ਕੀ ਲੋੜ ਹੈਗੀ ਆ, ਅਤੇ ਹੁਣ ਕਹਿੰਦੇ ਐਡਾ ਛੋਟਾ ਗੁਰਦੁਆਰਾ ਹੋ ਗਿਆ। ਆਪਣੀ ਪਾਪੂਲੇਸ਼ਨ ਵੱਧ ਗਈ ਨਾ, ਪਾਪੂਲੇਸ਼ਨ ਵੱਧ ਗਈ। ਅਤੇ 1970 'ਚ ਆਸਟ੍ਰੇਲੀਅਨ ਗਵਰਨਮੈਂਟ ਨੇ ਕਿਹਾ ਵੀ ਜਿਹੜੇ ਬੰਦਿਆਂ ਨੇ ਆ ਕੇ ਅਤੇ ਪੜ੍ਹਦਾ ਸਟੂਡੈਂਟ ਵੀਜ਼ੇ ਦੇ ਵੀਜ਼ਾ ਕਰਨਾ, ਉਹਨਾਂ ਨੇ ਖੁੱਲ੍ਹ ਦੇ ਦਿੱਤੀ ਸੀ। ਫਿਰ ਤਾਂ ਬਹੁਤ ਬੰਦੇ ਆ ਗਏ ਇੰਡੀਆ ਦੇ, ਕਈ ਕਰਦੇ ਕੁੱਕਰੀ ਕਲਾਸਿਸ, ਹੇਅਰ ਡਰੈਸਿੰਗ ਕਲਾਸਿਸ, ਨਰਸਿੰਗ, ਡਿਫਰੈਂਟ ਡਿਫਰੈਂਟ। ਉਦੋਂ ਤੋਂ ਬਾਅਦ ਹੀ ਫਿਰ ਛੇਤੀ ਵਧਣ ਲੱਗ ਗਈ, ਉਹਨਾਂ ਦੇ ਫਿਰ ਰਿਸ਼ਤੇਦਾਰ ਵੀ ਆ ਗਏ ਸਾਰਾ ਕੁਛ। ਅਤੇ ਹੁਣ ਸਾਡੀ ਆਬਾਦੀ ਇੰਨੀ ਵਧੀ ਹੈ, ਸਾਡੇ ਕੋਲ 6-7 ਹਜ਼ਾਰ ਹੋ ਜਾਂਦਾ। ਪਾਰਕਿੰਗ ਵੀ ਹੁਣ ਕਾਫੀ ਵਧੀ ਹੈ ਵੀ। ਅਤੇ ਤੁਸੀਂ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਨੂੰ ਰਜਿਸਟ੍ਰੇਸ਼ਨ ਕਰਵਾਈ ਅਤੇ 1975 ਦੇ ਵਿੱਚ, ਅਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪਹਿਲੇ ਪ੍ਰੈਜ਼ੀਡੈਂਟ ਵੀ ਤੁਸੀਂ ਸੀਗੇ? ਨਹੀਂ, ਇੱਕ ਹੋਰ ਸੀ, ਪਹਿਲਾਂ ਸੀ ਹਰਬੰਸ ਸਿੰਘ, ਹਰਬੰਸ ਜੱਜ ਸੀ, ਉਹਦੇ ਬਾਅਦ ਮੈਂ ਸੀ ਫਿਰ ਸੈਕਿੰਡ ਪ੍ਰੈਜ਼ੀਡੈਂਟ। ਸੈਕਿੰਡ ਪ੍ਰੈਜ਼ੀਡੈਂਟ 2007 'ਚ ਅਮਰ ਸਿੰਘ ਜੀ ਵਾਸ ਪ੍ਰੈਜ਼ੀਡੈਂਟ ਫੋਰ ਟਾਈਮ 2000 ਵਿੱਚ ਗੁਰਦੁਆਰਾ ਸਟਾਰਟ, ਆਈ ਵਾਸ ਅ ਪ੍ਰੈਜ਼ੀਡੈਂਟ ਐਂਡ ਉਹ ਤੋਂ ਬਾਅਦ ਵੀ ਜਸ ਕੈਰੀ ਔਨ ਜੋਨ ਆਫ ਕੋਰਸ ਕੇਮ ਫੋਰ 10-11 ਟਾਈਮ ਪ੍ਰੈਜ਼ੀਡੈਂਟ। ਐਵਰੀਥਿੰਗ ਵਾਸ ਡਨ ਪਰਫੈਕਟਲੀ ਆਫ ਕੋਰਸ। ਜਦੋਂ ਅਸੀਂ ਕੰਸੈਂਟਨ ਦਾ ਗੁਰਦੁਆਰਾ ਸਾਹਿਬ ਬਿਲਡਿੰਗ ਵੇਚੀ, ਉਸ ਵੇਲੇ ਸਾਨੂੰ ਕੁਛ ਪੈਸੇ ਦੀ ਲੋੜ ਸੀ, ਅਸੀਂ ਕੁਛ ਲੋਨ ਲਿਆ ਜਿਹੜਾ ਕਿ ਅਸੀਂ ਕੈਨਵੇਲ ਗੁਰਦੁਆਰਾ ਜਿਹੜਾ 5 ਏਕੜ ਜ਼ਮੀਨ ਲਈ ਨਾ, ਅਤੇ ਉਹਦਾ ਫਿਰ ਕਰਜ਼ਾ ਵੀ ਉਤਾਰਨਾ ਸੀ ਵੀ ਗੋਰੇਟ ਆ ਫਿਟ ਸੋ ਫਾਸਟ। ਸੋ ਉਹ ਤੋਂ ਬਾਅਦ ਦੈਨ ਵੀ ਪ੍ਰੋਗਰੈਸ ਲੋਟ ਗੁਰਦੁਆਰਾ ਸਾਹਿਬ ਜਿਹਦੇ, ਜਿੱਦਾਂ ਤੁਸੀਂ ਦੇਖਦੇ ਹੋ ਜੋਹਨ ਸਿੰਘ ਦਾ ਬਹੁਤ ਹੀ ਵੱਡਾ ਹੱਥ ਹੈ ਇਨ ਦਾ ਫਸਟ ਡੇ ਆਫ 1975 ਆਵਾਜ਼ ਏ ਟੂ, ਜਦੋਂ ਅਸੀਂ ਸਟੋਲ ਲਗਾਉਂਦੇ ਸੀ ਵੀ ਯੂਜ਼ ਟੂ ਹੈਲਪ ਹਿਮ। ਅਸੀਂ ਜਦੋਂ ਕੈਨਿੰਗਟਨ ਕੈਨਵੇਲ ਗੁਰਦੁਆਰਾ ਬਣਿਆ, ਆਈ ਹੈਡ ਏ ਵੈਨ, ਫਿਊ ਆਦਰ ਵੈਨ, ਅਸੀਂ ਰਾਤ ਨੂੰ 11-11 ਵਜੇ ਅਤੇ ਇੱਥੋਂ ਟੈਲਾਂ ਲੈ ਕੇ ਉੱਥੇ ਸੁੱਤਣੀਆਂ ਤਾਂ ਕਿ ਗੁਰਦੁਆਰਾ ਦਾ ਖਰਚਾ ਵੱਧ ਜਾਵੇ। ਸੋ ਇਟਸ ਲੋਟ ਆਫ ਹਾਰਡ ਵਰਕ ਹੈਜ਼ ਗੋਨ ਟੂ ਦਾ ਗੁਰਦੁਆਰਾ ਸਾਹਿਬ। ਕਹਿੰਦੇ ਕਈ ਵਾਰੀ ਜ਼ਿੰਦਗੀ ਦੇ ਵਿੱਚ ਇਨਸਾਨ ਉੱਥਲੀ ਬਿਲਡਿੰਗ ਇਹਦਾ ਨੋਬਡੀ ਸੀ ਦਾ ਫਾਊਂਡੇਸ਼ਨ ਵਰਸ ਦੈਟ। ਸੋ ਦਿਸ ਇਜ਼ ਦਿਸ ਜੈਂਟਲਮੈਨ ਜੋਹਨ ਸਿੰਘ ਦਾ ਫਾਊਂਡੇਸ਼ਨ, ਜਿਹੜੀ ਕਿ ਜ਼ੀਰੋ ਤੋਂ ਸ਼ੁਰੂ ਕਰਕੇ 2-4 ਇਹਨਾਂ ਦੇ ਦੋਸਤਾਂ ਨੇ ਰਲ ਕੇ ਦੇ ਡਨ ਐਕਸਲੈਂਟ ਪ੍ਰੋਗਰੈਸ ਫੋਰ ਦਾ ਕਮਿਊਨਿਟੀ। It's like the saying, like Rome was not built in a day. Yes. It's very hard work. Shami ji, you have to take initiative to start anything. Je eh na lende jada assi jadon ikkhi rice bhejde hunde si, $2 di plate, $3 di plate, tin din mela lagda si Hyde Park. We used to collect about $3,000 every year. So then I know how to do better music. We used to do lama granthi nahi si, ਸਾਡੇ ਬਾਜੇ 'ਤੇ ਕਈ ਵਾਰੀ ਕਾਸੇ ਪੈਸੇ ਚੜ੍ਹ ਜਾਣੇ, ਫਿਰ ਉਹ ਇਕੱਠੇ ਕਰਕੇ ਅਸੀਂ ਗੋਲ 'ਚ ਪਾ ਗਏ। ਸੋ ਵੀ ਕਲੈਕਟ ਦਿਸ ਮਨੀ ਟੂ ਬਰਿੰਗ ਦਾ ਕਮਿਊਨਿਟੀ ਆਊਟ। ਪੀਪਲ ਡੋਂਟ ਰਿਅਲਾਈਜ਼ ਹਾਊ ਮੱਚ ਹਾਰਡ ਵਰਕ ਵੀ ਆਰ ਗੋਇੰਗ ਥਰੂ, ਬਟ ਅਗੇਨ ਐਜ਼ ਜੋਹਨ ਸੈਡ, ਪੀਪਲ ਆਰ ਕੁਆਇਟ ਵਿਲਿੰਗ ਟੂ ਹੈਲਪ ਅਸ, ਲੋਟ ਆਫ ਡੋਨੇਸ਼ਨ ਕੇਮ, ਦੈਨ ਵੀ ਨਾਓ ਵੀ ਆਰ ਇਨ ਪਲੱਸ ਪਲੱਸ ਐਂਡ ਸਿੰਸ ਜੋਹਨ ਕੇਮ ਲਾਸਟ ਈਅਰ 2 ਈਅਰਸ ਪ੍ਰੀਵੀਅਸ ਈਅਰ ਵੀ ਹਰ ਬਿਟ ਆਫ ਪ੍ਰੋਬਲਮ ਵਿਦ ਦ ਕੋਰਟ ਕੇਸਿਸ ਬਿਸਾਈਡ ਦ ਪੁਆਇੰਟ।
since John came from last year, we were smooth. Our revenue has gone up 30-40%. The income was before 7-7 lakh, they were 9 lakh plus due to our management committee. John, the president, and Sadi Banveer ji, Sadi whole committee member, all our friends, Sadi Dostar, and they have given us a good support because these all people are very honest. We've been telling the people, if you want to do anything, please follow the constitution. Don't go out of the line. ਜੇ ਤੁਹਾਡੇ ਘਰ ਦੇ ਵਿੱਚ ਕੋਈ ਅਸੂਲ ਹੈ ਉਹਨੂੰ ਫੋਲੋ ਕਰੋ. ਸਿਮਿਲਰਲੀ ਯੂ ਮਸਟ ਫੋਲੋ ਦ ਕੰਸਟੀਟਿਊਸ਼ਨ. ਲਾਈਕ ਵਾਂਸ ਯੂ ਗੋ ਅਨਬੈਲੈਂਸ ਇਨ ਯੋਰ ਲਾਈਫ, ਨੋਟ ਓਨਲੀ ਐਨੀਵੇਅਰ ਇਨ ਲਾਈਫ, ਯੂ ਗੋਟ ਅਨਬੈਲੈਂਸ ਉੱਥੇ ਬਿਮਾਰੀਆਂ ਸ਼ੁਰੂ. ਸੋ ਜੋਨ ਸਿੰਘ ਡਨ ਏ ਵੰਡਰਫੁਲ ਜੋਬ ਐਂਡ ਗਿਵ ਡਿਊ ਰਿਸਪੈਕਟ ਐਂਡ ਕ੍ਰੈਡਿਟ ਬਟ ਇਟ ਡਨ ਇਨ ਲਾਸਟ 11 ਈਅਰਸ. ਹਰੇਕ ਨੂੰ ਖੁਸ਼ ਕਰਾਂ ਵੀਰੇ, ਬਹੁਤ ਖੁਸ਼ ਕਰੋ. ਇੱਕ ਹੋਰ ਮੇਕ ਹੈਪੀ ਬੋਡੀ ਹੈਪੀ ਪਲੱਸ. ਕਦੀ ਵੀ ਕਹਿੰਦੇ ਖਤਰਾ ਦਾ ਤਾੜੀ ਵੱਜਦੀ ਜੀ. ਜੇ ਤੁਸੀਂ ਇਟ ਟੇਕਸ ਟੂ ਟੂ ਮੇਕ ਇਟ. ਜੇ ਤੁਸੀਂ ਰੋਟੀ ਖਾਣੀ, ਆਟਾ ਤਾਂ ਗੁੰਨਣਾ ਪੈਣਾ, ਕੰਮ ਤਾਂ ਕਰਨਾ ਪੈਣਾ. ਜੇ ਵਿਹਲੇ ਬੈਠੇ ਤਾਂ ਫਿਰ ਰੋਟੀ ਵੀ ਨਹੀਂ ਕੰਮ ਚੱਲਦਾ. ਸੋ ਦੇ ਫੋਰ ਦਿਸ ਅਬਾਊਟ ਅ ਬਿਟ ਆਫ ਹਿਸਟਰੀ ਦੇ ਆਰ. ਨਾਓ ਵੀ ਆਰ ਡੋਨ ਕੈਨ ਟੈਲ ਵਟ ਵੀ ਡੂਇੰਗ ਨੈਕਸਟ. ਵੀ ਆਰ ਤੁਸੀਂ ਕਰੋ ਜਿਹੜੇ ਸਾਰੇ ਅੰਗਰੇਜ਼ਾਂ ਦੇ ਮੁਲਕ ਹੈਗੇ ਡੈਮੋਕਰੇਟਿਕ, ਇਹ ਸਾਰੇ ਕਾਨੂੰਨ ਅਨੁਸਾਰ ਚੱਲਦੇ ਹੈ, ਤਾਂ ਹੀ ਇਹ ਤਰੱਕੀ ਕਰਦੇ. ਜੇ ਅਸੀਂ ਕਾਨੂੰਨ ਅਨੁਸਾਰ ਨਾ ਚੱਲੀਏ, ਤਰੱਕੀ ਅਸੀਂ ਨਹੀਂ ਕਰ ਸਕਦੇ. ਅਸੀਂ ਆਪਸ 'ਚ ਲੜ ਕੇ ਇੱਥੇ ਕਰ ਸਕਦੇ ਹਾਂ. ਹੁਣ ਗਾਹਾਂ ਵਾਸਤੇ ਅਸੀਂ ਬਹੁਤ ਹੋਰ ਕਰ ਰਹੇ ਹਾਂ, ਆਪਣੇ ਬੱਚਿਆਂ ਵਾਸਤੇ, ਉਹਨਾਂ ਦੇ ਬੱਚਿਆਂ ਵਾਸਤੇ ਵੀ ਇਹ ਗੁਰਦੁਆਰਾ 50 ਸਾਲ ਹੋਣੇ ਆ ਅਗਲੇ ਸਾਲ, ਅਤੇ ਅਸੀਂ ਸੋਚਦੇ ਹਾਂ ਵੀ 100 ਸਾਲ ਗੁਰਦੁਆਰਾ ਕਾਮਯਾਬ ਹੋਵੇ. ਅਸੀਂ ਕਾਫੀ ਸੋਚਦੇ ਹਾਂ ਸਾਰਾ ਕੁਛ ਸੰਗਤ ਵਾਸਤੇ. ਸੰਗਤ ਖੁਸ਼ ਰਹੇ, ਅਸੀਂ ਖੁਸ਼ ਹੈ, ਕਿਉਂਕਿ ਸਾਨੂੰ ਪਤਾ ਪੁਰਾਣੇ ਵਕਤਾਂ 'ਚ ਅਸੀਂ ਕਿਵੇਂ ਤਰਲੇ ਮਾਰ ਮਾਰ ਕੇ ਇੱਥੇ ਆਏ. ਪਰ ਅਸੀਂ ਸਾਰਾ ਕੁਛ ਜਿਹੜਾ ਕੁਛ ਕਰ ਰਹੇ ਹਾਂ ਸੰਗਤ ਵਾਸਤੇ, ਆਪਣੇ ਵਾਸਤੇ ਨਹੀਂ ਕਰ ਰਹੇ. ਅਤੇ ਅਸੀਂ ਇਹ ਬੇਨਤੀ ਹੈ ਸਾਰਿਆਂ ਨੂੰ, ਜਿਹੜਾ ਕੁਛ ਤੁਸੀਂ ਕਰਨਾ ਕਾਨੂੰਨ ਅਨੁਸਾਰ ਕਰੋ, ਅਤੇ ਕੋਈ ਲੜਾਈ ਝਗੜਾ ਨਹੀਂ ਹੋਊਗਾ, ਏਕਾ ਰਹੂਗਾ, ਪਿਆਰ ਰਹੂਗਾ, ਅਤੇ ਸਾਰੇ ਬੰਦੇ ਖੁਸ਼ ਰਹੂਗੇ, ਸਾਡੇ ਬੱਚੇ ਵੀ. ਯੂਨਾਈਟਡ ਵੀ ਸਟੈਂਡ, ਡਿਵਾਈਡਡ ਵੀ ਫਾਲ. ਇਟਸ ਲਾਈਕ ਦੈਟ. ਜੇ ਲੜਾਈ ਝਗੜਾ ਹੁੰਦਾ ਰਿਹਾ ਤਾਂ ਸਾਡੇ ਬੱਚੇ ਵੀ ਬਾਹਰ ਚਲ ਜਾਊਗੇ, ਉਹਨਾਂ ਨੇ ਕਿੱਥੇ ਆਉਣਾ, ਕਹੋਗੇ ਜੀ ਤੁਸੀਂ ਲੜਦੇ ਹੀ ਰਹਿੰਦੇ ਹਾਂ. ਇਸ ਕਰਕੇ ਪਲੀਜ਼ ਤੁਸੀਂ ਸਾਰਾ ਕੁਛ ਪਿਆਰ ਦੇ ਨਾਲ, ਏਕੇ ਦੇ ਨਾਲ ਕੰਸਟੀਟਿਊਸ਼ਨ ਕਰੋ. ਕੰਸਟੀਟਿਊਸ਼ਨ ਦੇ ਨਾਲ ਸਾਡਾ ਮੈਸੇਜ ਇਹੀ ਆ ਰਵੀ ਸ਼ਰਮੀ ਜੀ, ਸਾਡਾ ਮੈਸੇਜ ਇਹੀ ਆ. ਜੋਨ ਸਿੰਘ ਹੈ ਡਨ ਏ ਵੰਡਰਫੁਲ ਜੋਬ, ਆਲ ਦ ਕਮੇਟੀ ਹੈਜ਼ ਡਨ ਏ ਵੰਡਰਫੁਲ ਜੋਬ. ਵੀ ਵਾਂਟ ਦ ਯੂਨਿਟੀ. ਯੂਨਿਟੀ ਇਜ਼ ਅ ਸਟਰੈਂਥ. ਰਾਈਟ. ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ, ਬਿਲਕੁਲ ਆਪਣੇ ਭਰਾ ਨੇ ਵੀ ਸਾਰੇ, ਵੀ ਆਰ ਵਿਲਿੰਗ ਟੂ ਲਿਸਨ. ਯਾ ਦ ਥਿੰਗਸ ਹੈਪਨ ਬਿਫੋਰ, ਆਈ ਡੋਨਟ ਵਾਂਟ ਟੂ ਰਿਪੀਟ, ਡੋਨਟ ਵਰੀ ਅਬਾਊਟ ਦੈਮ. ਇਫ ਗੋਟ ਐਨੀ ਮੀਨ, ਆਈ ਐਮ ਸਟੈਂਡਿੰਗ ਐਜ਼ ਅ ਪ੍ਰੈਜ਼ੀਡੈਂਟ ਨਾਓ ਫੋਰ ਦ ਸਿੱਖ ਐਸੋਸੀਏਸ਼ਨ, ਦਿਸ ਇਜ਼ ਮਾਈ ਫਿਫਥ ਟਾਈਮ. ਆਈ ਆਲਰੇਡੀ ਟੋਲਡ ਲੋਟ ਆਫ ਮਾਈ ਫਰੈਂਡਸ, ਆਈ ਐਮ ਗੋਇੰਗ ਟੂ ਸੇ ਔਨ ਦ ਸਟੇਜ, ਯੂ ਵਾਂਟ ਟੂ ਸੀ ਮੀ, ਪਲੀਜ਼ ਮੇਕ ਇਟ ਟਾਈਮ ਵਿਦ ਮੀ. ਵੀ ਆਰ ਵਿਲਿੰਗ ਟੂ listen you, we are willing to hear you, we are willing to discuss with you. If any issue is viable, we can discuss and work on that. Sure. And plus, it's not only the president, who is the president? President is a Sangat. We have to go with the direction of the Sangat. Jo Sangat kehndi, oh karna jehda ke viable hai. But koi mainu issue aanda,
what I do, I'll take to my secretary. Secretary will put in the meeting, we discuss in the meeting, does it positive or negative? Then we take a vote on that. Okay, this project is approved, then carried, then we work on that project. So if there need to be SCM, there need to be AGM, those projections, big amount, then we get the permission from the center. Little job we can solve within the committee. So our humble request is from everybody that please live together, pyar de naal raho. If they thonu koi problem, come and see us, sit with us, and we can work on amicably any problem. If it's in our hand, we can do it. So meri ta ehi benti hai saryan nu, pyar naal raho. ਕਿਹਦੇ ਘਰ ਦੀ ਲੜਾਈ ਹੁੰਦੀ? ਘਰ ਤੁਸੀਂ ਦੋ ਨਿਆਣੇ ਨਹੀਂ ਸਾਂਭਾਉਂਦੇ, ਅਸੀਂ ਸਜੀ ਦਾ 5000 ਬੰਦਾ ਸਾਂਭਣਾ? ਗਿਵ ਅਸ ਬਿਊਰੋਕਰੈਟ ਜੀ, ਸੋ ਦੇਖੋ ਲੜ ਕੇ ਰਹੋ. ਮੈਂ ਤਾਂ ਇਹ ਕਹਾਂਗਾ, ਕਦੀ ਵੀ ਤੌੜੀ ਇੱਕ ਹੱਥ ਨਾਲ ਨਹੀਂ ਵੱਜਦੀ. ਪ੍ਰੋ ਐਂਡ ਕੌਨ ਐਂਡ ਐਵਰੀਥਿੰਗ, ਮਾਈਨਸ ਪਲੱਸ ਇਨ ਲਾਈਫ ਇਜ਼, ਲਾਈਫ ਵਿਲ ਨੋਟ ਰਨ ਇਫ ਦੇਰ ਇਜ਼ ਨੋ ਮਾਈਨਸ ਇਨ ਲਾਈਫ. ਸੋ ਸਿਮਿਲਰਲੀ ਕਮਿਊਨਿਟੀ ਵਿਲ ਨੋ ਰਨ ਰਨ ਇਫ ਦੇਰ ਇਜ਼ ਅ ਮਾਈਨਸ ਔਰ ਪਲੱਸ ਇਜ਼ ਨੋਟ ਦੇਅਰ. ਵੀ ਨੀਡ ਟੋਟਲ ਯੋਰ ਸਪੋਰਟ ਟੂ ਗੋ ਦਾ ਕਮਿਊਨਿਟੀ ਫੋਰਵਰਡ ਇਨ ਲਾਈਫ. Everybody will enjoy. Guldasta katta hi vadhiya lagda. President sahab, when is the next AGM? 7 tarikh September ch aa rahi hai, te 2 hafte vich te sare memberan nu sadda hai vi tusi aa ke hissa lo, te apna apna so vi ki karna ki issues ne. ਐਸਪੋਰਟ ਵੀ ਆਫਕੋਰਸ ਰਜੂ ਸਾਹਿਬ, ਆਪਣੀ ਜਿਹੜੀ ਆਪਣੀ ਐਸੋਸੀਏਸ਼ਨ ਹੈਗੀ ਹੈ ਸਭਾ, ਇਹਦੇ ਟੋਟਲ ਮੈਂਬਰ ਕਿੰਨੇ ਨੇ? ਐਟ ਦ ਮੋਮੈਂਟ ਵੀ ਗੋਟ 500 ਮੈਂਬਰ, 5 ਮੈਂਬਰਸ ਆਰ ਲਿਮਿਟਡ. ਵਾਈ? ਬਿਕੋਜ਼ ਦ ਕੌਂਸਲ, ਪਰਸਨਲ ਕੌਂਸਲ, ਵੀ ਕਾਂਟ ਹੈਵ ਮੋਰ ਦੈਨ ਦੈਟ. ਦ 500 ਇਟ ਅ ਕੈਪੈਸਿਟੀ, ਹਾਊ ਮੈਨੀ ਵੀ ਕੈਨ ਹੈਂਡਲ ਇਨ ਦ ਟੈਂਪਲ. ਆਫਕੋਰਸ ਲੋਟ ਆਫ ਪੀਪਲ ਸੇ ਯੂ ਕੈਨ ਹੈਵ 1000 ਬਿਕੋਜ਼ ਐਵਰੀਬਾਡੀ ਡਜ਼ਨਟ ਕਮ ਸੇਮ ਟਾਈਮ. ਵਾਟ ਆਰ ਦ ਰੂਲਸ? ਆਰ ਦੀ ਰੂਲਸ ਵੀ ਹੈਵ ਟੂ ਫੋਲੋ ਦਿਸ ਵਟ ਵੀ ਆਰ ਡੂਇੰਗ. So we are, last year, 2 years ago, I think there was somebody said we should increase the membership. But again, it's all depend on the Sangha. If any issue there, we can, any motion, we can put in the AGM. At the moment, yes. Sure. But member, there is no difference between the members. All of them have come. ਅਜੇ ਕਿਸੇ ਨੂੰ ਨਹੀਂ ਮਨਾ ਕੀਤਾ, ਆ ਕੇ ਤੁਸੀਂ ਹਿੱਸਾ ਲਓ, ਸੇਵਾ ਕਰੋ. ਆਪਣੇ ਭਰਾ ਨੇ ਸਾਰੇ? ਹਾਂਜੀ ਸਾਰੇ. 500 ਅਸੀਂ ਸਿਰਫ ਆ ਰੱਖਿਆ ਕਿ 375 ਸਾਨੂੰ ਇਜਾਜ਼ਤ ਦਿੱਤੀ ਹੈ ਬੈਠਣ ਵਾਸਤੇ ਜਗ੍ਹਾ ਕੰਪੈਸਿਟੀ. ਜੇ ਫਰਜ਼ ਕਰੋ ਜੇ ਕਿਸੇ ਉਹਨਾਂ ਨੇ ਦੇਖਿਆ ਵੀ ਇੱਥੇ ਓਵਰ ਕਰਾਊਡਿੰਗ ਹੁੰਦੀ ਹੈ, ਜੇ ਸਾਨੂੰ ਕੋਰਟ 'ਚ ਲੈ ਗਏ, ਸਾਨੂੰ ਫਿਰ ਮੌਕਾ ਮਿਲ ਸਕਦਾ. ਜੇ ਕਹਿ ਸਕਦੇ ਹਾਂ ਸਾਡੇ ਸਿਰਫ 500 ਮੈਂਬਰ ਹੈ, ਅਤੇ ਉਹਨਾਂ 'ਚੋਂ 60-70% ਆਉਂਦੇ ਹੈ, ਅਤੇ ਉਹ ਮੰਨ ਸਕਦਾ. ਜੇ ਉਹ ਕਹੂਗਾ ਜੀ ਤੁਹਾਡੇ 1000 ਮੈਂਬਰ ਹੈਗੇ ਆ, ਤੁਸੀਂ ਤੁਹਾਡਾ ਕਪੈਸਿਟੀ ਸਿਰਫ 375 ਹੈ, ਅਤੇ ਉਹ ਉਹਨਾਂ ਨੇ ਮੰਨਣਾ ਨਹੀਂ ਨਾ, ਅਤੇ ਉਹ ਸਾਡੇ ਜੁਰਮਾਨਾ ਕਰ ਸਕਦੇ ਹਾਂ. ਇਸ ਵਾਟਰ ਟੈਂਪਲ 'ਚ ਹੋਇਆ ਸੀ ਇਸ ਤਰ੍ਹਾਂ. ਗੁਆਂਢੀਆਂ ਨੇ ਰਿਪੋਰਟ ਕੀਤੀ ਵੀ ਇੱਥੇ ਬਹੁਤ ਇਕੱਠ ਹੁੰਦਾ, ਅਤੇ ਕੌਂਸਲ ਨੇ ਆ ਕੇ ਕਾਊਂਟ ਕੀਤੇ, ਕਹਿੰਦੇ ਤੁਹਾਡੇ ਤਾਂ ਓਵਰ ਕਰਾਊਡਿੰਗ ਹੁੰਦੀ ਹੈ, ਅਤੇ ਉਹਨਾਂ ਨੂੰ ਕੋਰਟ 'ਚ ਲੈ ਗਏ ਸੀ. ਅਤੇ ਅਸੀਂ ਇਹ ਜਿਹਾ ਨਹੀਂ ਕਰਨਾ ਚਾਹੁੰਦੇ. ਅਮਰ ਜੀ, ਮੈਂ ਤੁਹਾਨੂੰ ਪੁੱਛਦਾ, ਜਿਹੜਾ ਮੋਰਾਲ ਵਾਲਾ ਸਕੀਮ ਹੈ ਜੀ, ਇਹ ਬਹੁਤ ਵਧੀਆ, ਇਹ ਜਿਹੜਾ ਐਸੋਸੀਏਸ਼ਨ ਨੇ ਕੀਤਾ, ਇਹ ਕਿੱਦਾਂ ਤੁਹਾਡੇ? ਐਕਚੁਲੀ ਆਈ ਡੋਂਟ ਨੋ ਵਾਟ, ਬਟ ਸਾਡੇ ਸੈਕਟਰੀ ਸਾਹਿਬ ਮਨਵੀਰ ਸਿੰਘ ਨੇ, ਹੀ ਇਨੀਸ਼ੀਏਟਡ ਇਟ ਐਂਡ ਹੀ ਬ੍ਰੌਟ ਟੂ ਦ ਕਮੇਟੀ ਵੈਨ ਵੀ ਅਪਰੂਵਡ ਇਟ. ਦਿਸ ਗਾਇ
by Daniel, I think he done many other good work. So Manveer Singh ne ena di zyada hibat de vich usi jagah nan kehnde guthan wale fir sare Australia ch kita ene sare Australia kita fir that he took initiative here get everything good and all aur koi paisa nahi mangya haji ji Punjabi jehdi apni bhasha Punjab di ohnu promote karan layi apna kuch ya government vallo ya kuch we have a Punjabi school of upstairs of course grant milde hai theek hai ji government to ਨਿਆਣੇ ਚੰਗਾ ਕਰ ਰਹੇ ਹਾਂ ਦੇਖਦੇ ਕਿੰਨੇ ਬੰਦੇ ਕਿੰਨੇ ਬੱਚੇ ਆਉਂਦੇ ਹੈ ਉਹਦੇ ਅਨੁਸਾਰ ਸਾਨੂੰ ਗ੍ਰਾਂਟ ਮਿਲਦਾ ਅਤੇ ਉਹ ਅਸੀਂ ਟੀਚਰਾਂ ਨੂੰ ਤਲਬਾਂ ਦਿੰਦੇ ਹਾਂ ਅਤੇ ਉਹਨਾਂ ਨੂੰ ਅਸੀਂ ਹੁਣ ਯੂਨੀਫੋਰਮ ਸਾਰਾ ਅਸੀਂ ਬੰਦੋਬਸਤ ਕਰ ਸੋਚ ਰਹੇ ਵੀ ਇਹ ਕਰੀਏ ਵੀ ਆਪਣੇ ਆਪ ਨੂੰ ਉਹ ਆਈਡੈਂਟੀਫਾਈ ਕਰ ਸਕਦੇ ਹਾਂ ਵੀ ਅਸੀਂ ਸਾਵਾ ਦੇ ਸਟੂਡੈਂਟਸ ਹੈਗੇ ਬਟ ਪੰਜਾਬੀ ਇਜ਼ ਆਲਸੋ ਯੂ ਕੈਨ ਗੋ ਟੂ ਐਨੀ ਸਕੂਲ ਇਟਸ ਆਪਸ਼ਨਲ ਯੂ ਕੈਨ request them, I think you can learn Punjabi anywhere. So it's quite progressing there. ਅਤੇ ਅਗਲੇ ਸਾਲ ਤੋਂ ਉਹਨਾਂ ਨੇ ਸਕੂਲਾਂ 'ਚ ਵੀ ਸਕੂਲਾਂ ਸ਼ੁਰੂ ਕਰ ਦੇਣਾ ਜਿਵੇਂ ਹਿੰਦੀ ਜਿਹੜੀ ਐਸੋਸੀਏਸ਼ਨ ਹੈ ਉਹ ਆਪਣਾ ਹਿੰਦੀ ਨੂੰ ਪ੍ਰਮੋਟ ਕਰਨ ਲਈ ਕਰ ਰਹੇ ਹੈ ਕਾਫੀ ਕੁਛ ਐਫਰਟਸ ਕਰ ਰਹੇ ਨੇ ਆਪਣੇ ਕੌਂਸਟੀਟਿਊਟ ਆਫ ਇੰਡੀਆ ਜਿਹੜੇ ਅਮਰਜੀਤ ਸਿੰਘ ਤਾਕੀ ਜੀ ਹੈ ਉਹ ਵੀ ਆਪਣੀ ਕਾਫੀ ਸਪੋਰਟ ਕਰਦੇ ਆ ਹਰੇਕ ਔਰਗੇਨਾਈਜੇਸ਼ਨ ਦੀ ਪੰਜਾਬੀ ਇਸ ਵੇਰੀ ਲੱਕੀ ਕਿ ਉਹ ਇੱਥੇ ਬਹੁਤ ਹੀ ਵਧੀਆ ਕੌਂਸਟੀਟਿਊਟ ਇਟ ਇਜ਼ ਔਨ ਦਾ ਲਾਈਨ ਐਸ ਜੌਨ ਸਿੰਘ ਸੈਡ ਕਿ ਇਹ ਜਿਹੜਾ ਆਲਰੇਡੀ ਇਸ ਅਪਰੂਵਡ ਆਈ ਥਿੰਕ ਇਟਸ ਗੋਇੰ ਬੀ ਆਪਸ਼ਨ ਨੈਕਸਟ ਈਅਰ ਆਲ ਦਾ ਸਕੂਲ ਦੇ ਵਿਲ ਬੀ ਸਾਰੇ ਸਕੂਲਾਂ 'ਚ ਹੋਊਗਾ ਵੀ ਜੇ ਕਿਸੇ ਨੇ ਪਾਂਡੀ ਦੱਸਿਆ 11th ਇਹ ਪੰਜਾਬੀ ਕਰਨੀ ਕਰ ਸਕਦੇ ਆ ਹੁਣ ਉਹ ਕਰ ਸਕਦੇ ਆ ਇਟਾਲੀਅਨ ਇੰਡੋਨੇਸ਼ੀਅਨ ਔਰ ਡਿਫਰੈਂਟ ਲੈਂਗੁਏਜਸ ਲੈ ਸਕਦੇ ਆ ਲਾਸਟ 'ਚ ਜਿਹੜੀ ਪਰਥ ਦੀ ਕਮਿਊਨਿਟੀ ਹੈ ਜਾਂ ਆਪਣੇ ਦੋਸਤ ਜੋ ਆਪਣੇ ਆਪਣੇ ਮਿੱਤਰ ਨੇ ਜਾਂ ਆਪਣੇ ਕੁਛ ਸਾਥੀ ਕੁਛ ਜਿਹੜੇ ਹੈਗੇ ਹੈ ਜੋ ਵੀ ਪੂਰੀ ਐਸੋਸੀਏਸ਼ਨ ਤੁਸੀਂ ਪ੍ਰੈਜ਼ੀਡੈਂਟ ਆਫ ਗੁਰਦੁਆਰਾ ਸਾਹਿਬ 'ਤੇ ਬੜੀ ਵਧੀਆ ਪੁਜੀਸ਼ਨ ਹੈਗੀ ਹੈ ਬੜੀ ਰਿਸਪੈਕਟਫੁੱਲ ਪੁਜੀਸ਼ਨ ਹੈ ਅਤੇ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਵੀ ਤੁਸੀਂ ਸਾਡੇ ਗੁਰਦੁਆਰੇ ਆਓ ਅਤੇ ਸਾਡਾ ਸਾਰਾ ਕਾਰੋਬਾਰ ਇੰਜੋਏ ਕਰੋ ਅਤੇ ਹੈਪੀ ਹੈਪੀਲੀ ਇੰਜੋਏ ਕਰੋ ਪਰ ਇੱਕ ਰਹੇ ਸਾਰਾ ਕੁਛ ਅਤੇ ਅਸੀਂ ਸਾਰਾ ਕੁਛ ਤੁਸੀਂ ਕਾਨੂੰਨ ਅਨੁਸਾਰ ਚੱਲੋ ਫਿਰ ਕੋਈ ਲੜਾਈ ਝਗੜਾ ਨਹੀਂ ਹੋਊਗਾ ਸਿਰਫ ਕਾਨੂੰਨ ਹੈਗਾ ਉੱਥੇ ਜੇ ਕਾਨੂੰਨ ਤੋਂ ਬਗੈਰ ਤੁਸੀਂ ਚੱਲ ਰਹੇ ਹੋ ਲੜਾਈ ਝਗੜਾ ਜ਼ਰੂਰ ਹੋਣਾ ਅਤੇ ਇਹ ਹੈ ਮੇਰੀ ਬੇਨਤੀ ਸਾਰਿਆਂ ਨੂੰ ਕਿ ਤੁਸੀਂ ਕਾਨੂੰਨ ਅਨੁਸਾਰ ਕਰੋ ਜੇ ਨਹੀਂ ਸਮਝ ਪੈਂਦੀ ਤੁਸੀਂ ਪੁੱਛ ਲਓ So anyway, as we have talked before, John Singh had done 2 years. So constitution says president can come only for 2 years. So next year, my message is, you can ask me, but I will tell you. Please, sorry. That's the point. I am standing as a president next year for the summer. Mm-hmm. Our projection, of course, with the community. We have a lot of projection there. First of all, it's a very, very exciting year. Why is it an exciting year? ਇਹ ਜਿੱਦਾਂ ਜੋਨ ਸਿੰਘ ਨੇ ਦੱਸਿਆ ਹੈ ਕਿ 50th ਐਨੀਵਰਸਰੀ ਆਫ ਸਿੱਖ ਐਸੋਸੀਏਸ਼ਨ 1975 ਦੇ ਵਿੱਚ ਵੀ ਹੈਵ ਰਜਿਸਟਰਡ ਦਿਸ ਸਭਾ ਇੰਡੀਆ 1975 ਤੋਂ ਲੈ ਕੇ ਹੁਣ ਤਾਈਂ ਅਸੀਂ ਕੀ ਤਰੱਕੀ ਕੀਤੀ ਬਟ ਪ੍ਰੋਗਰੈਸ ਵੀ ਡਿਡ ਹਾਊ ਡਿਡ ਵੀ ਰੀਚ ਟੂ ਦੀ ਸਟੇਜਸ ਇਹਦੇ ਉੱਤੇ ਸਾਡੇ ਮਨਵੀਰ ਸਿੰਘ ਸੈਕਟਰੀ ਸਾਹਿਬ He is a make we are trying to get a permission to build a history wall de utte ki hai jehdiyan sade purane gurdware diyan photo sadi purani sangat diyan photo purane
ਲੰਗਰ ਦੀਆਂ ਫੋਟੋਆਂ ਪੁਰਾਣੇ ਐਨੀਥਿੰਗ ਓਲਡ ਹਿਸਟਰੀ ਦੈਟ ਵਿਲ ਬੀ ਡਿਸਪਲੇਡ ਔਨ ਦਾ ਵਾਲ ਪਲੱਸ ਆਲ ਦਾ ਹਿਸਟਰੀ ਹਾਊ ਵੀ ਕੇਮ ਥਰੂ ਦਾ ਈਅਰਸ ਲਾਈਕ ਆਮ ਲੁਕਿੰਗ ਫੋਰ ਏ ਪਿਕਚਰ ਦੈਟ ਵੈਨ ਦੇਰ ਵਾਜ਼ ਅ ਕੈਰਾਵਨ ਵੀ ਵਰ ਸੈਲਿੰਗ ਫੂਡ ਆਈ ਡਿਡਨਟ ਫਾਈਂਡ ਇਟ ਯੈਟ ਅਸੀਂ ਕਿੱਥੇ ਖਾਣਾ ਵੇਚਦੇ ਸੀ ਜਿਹੜਾ ਫੂਡ ਵੇਚਦੇ ਸੀ ਤੋ ਇਹਦੇ ਵਿੱਚ ਸਾਡੇ ਕੋਲ ਬਹੁਤ ਵੱਡੀਆਂ ਪ੍ਰੋਜੈਕਸ਼ਨ ਹੈਗੀਆਂ ਐਜ਼ ਆਈ ਸੈਡ ਦ ਮਨਵੀਰ ਸਿੰਘ ਮੇਡ ਏ ਮਿਊਜ਼ੀਅਮ ਫੋਰ ਦੈਟ ਅਵਰ ਪ੍ਰੋਜੈਕਸ਼ਨ ਇਜ਼ ਨਾਓ ਬੀਇੰਗ ਵਨ ਟੂ ਮੇਕ ਇਟ ਵਾਕਿੰਗ ਐਂਡ ਅਵਰ ਪ੍ਰੋਜੈਕਸ਼ਨ ਇਜ਼ ਵੀ ਆਰ ਲੁਕਿੰਗ ਫੋਰ ਸਾਡੇ ਜਗਦੀਸ਼ ਸਿੰਘ ਧਾਲੀਵਾ ਵੀ ਲੁਕਿੰਗ ਫੋਰ ਸਮ ਲੈਂਡ ਵੇਅਰ ਵੀ ਕੈਨ ਹੈਵ ਏ ਸਪੋਰਟਸ ਐਕਟੀਵਿਟੀਜ਼ ਇਨ ਫਿਊਚਰ ਫੋਰ ਦਾ ਚਿਲਡਰਨ ਐਸ ਯੂ ਨੋ ਪਾਪੂਲੇਸ਼ਨ ਇਜ਼ ਗਰੋਇੰਗ ਗੁਰਦੁਆਰਾ ਸਾਹਿਬ ਗੈਟਿੰਗ ਸਮਾਲ ਐਂਡ ਸਮਾਲ ਐਵਰੀ ਡੇ ਸੋ ਦੇਰ ਲੋਟ ਆਫ ਲਿਟਲ ਲਿਟਲ ਥਿੰਗਸ ਵਿੱਚ ਵੀ ਆਰ ਗੋਇੰਗ ਟੂ ਡੂ ਆਫਟਰ ਦਾ AGM ਸਿਟ ਟੂਗੈਦਰ ਐਂਡ ਵਰਕ ਆਊਟ ਵਟ ਵੀ ਕੈਨ ਡੂ ਬੈਟਰ ਫੋਰ ਦਾ ਕਮਿਊਨਿਟੀ ਫੋਰ ਫਰਦਰ ਈਅਰਸ ਸਾਡੀ ਐਂਡ ਵਿੱਚ ਇਹੀ ਰਿਕੁਐਸਟ ਆ ਕਮਿਊਨਿਟੀ ਨੂੰ ਇਹੀ ਸਾਡੀ ਬੇਨਤੀ ਆ ਵੀਰੋ ਦੇ ਭੈਣਾਂ ਸਾਰੇ ਰਲ ਮਿਲ ਕੇ ਰਹੋ ਪਿਆਰ ਨਾਲ ਰਹੋ ਜੇ ਕਿਸੇ ਨੂੰ ਕੋਈ ਪ੍ਰੋਬਲਮ ਪਲੀਜ਼ ਕਮ ਐਂਡ ਸੀ ਅਸ ਡੋਂਟ ਡਰ ਗਾ ਸੋਟੀ ਉਹਦੀ ਗੱਲ ਸੁਣੀ ਡੋਂਟ ਡੂ ਦੈਟ ਜਸਟ ਟੈਲ ਅਸ ਵੀ ਵਾਂਟ ਟੂ ਸੀ ਯੂ ਮੇਕ ਇਟ ਟਾਈਮ ਮੇਕ ਅਪੋਇੰਟਮੈਂਟ ਸੈਟ ਇਨ ਦਾ ਆਫਿਸ ਵੀ ਵਰਕ ਥਿੰਗਸ ਆਊਟ ਥੈਂਕ ਯੂ ਗੁੱਡ ਈਵਨਿੰਗ ਸੋ ਵੀ ਡੋਂਟ ਹੈਵ ਏ ਪ੍ਰੋਬਲਮ ਇੱਦਾਂ ਜਿੱਦਾਂ ਜੋਹਨ ਸਿੰਘ ਨੇ ਕਿਹਾ ਕਿ ਫੋਲੋ ਦਾ ਕੰਸਟੀਟਿਊਸ਼ਨ ਜਿੱਦਾਂ ਸਾਡੇ ਤੁਸੀਂ ਕਿਤਾਬ ਲਿਖੀ ਹੋ ਘਰ ਦੇ ਅਸੂਲ ਬਣਾਏ ਹੋ ਗੁਰਦੁਆਰੇ ਦੇ ਅਸੂਲ ਆ ਕਮਿਊਨਿਟੀ ਦੇ ਅਸੂਲ ਆ ਫੋਲੋ ਇਟ ਅਪ ਤੁਸੀਂ ਗੱਡੀ ਲੈ ਕੇ ਜਾਂਦੇ ਤੁਹਾਨੂੰ ਰਾਹ 'ਚ ਫਾਈਨ ਹੁੰਦਾ ਦਿੰਦਾ ਦੇਣਾ ਪੈਂਦਾ ਨਾ ਸੋ ਸਿਮਿਲਰਲੀ ਲਾਈਫ ਹੈ ਸੋ ਸਾਡੀ ਇਹ ਬੇਨਤੀ ਆ ਸਾਰੇ ਰਲ ਮਿਲ ਕੇ ਪਿਆਰ ਨਾਲ ਰਹੋ ਐਂਡ ਦੈਟਸ ਦਾ ਓਨਲੀ ਵੇ ਟੂ ਪ੍ਰੋਗਰੈਸ ਥੈਂਕ ਯੂ ਸੋ ਮੱਚ ਲਾਸਟਲੀ ਪ੍ਰਧਾਨ ਜੀ ਜਿਵੇਂ ਤੁਸੀਂ ਦੱਸਿਆ ਜਿਵੇਂ ਹੁਣ ਆਪਾਂ ਅਸੀਂ ਕਈ ਵਾਰੀ ਦੇਖਦੇ ਹਾਂ ਤੁਹਾਡੀ ਮੈਸੇਜ ਵੀ ਲੈ ਲਿਆ ਅਤੇ ਲਾਸਟ ਮੇਰੇ ਮਨ 'ਚ ਆਇਆ ਵੀ ਕਈ ਵਾਰੀ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਵੀ ਜਿੱਦਾਂ ਹੁਣ ਮੈਂ ਪ੍ਰਧਾਨ ਜੀ ਤੋਂ ਪੁੱਛਿਆ ਵੀ ਤੁਸੀਂ ਕਿਵੇਂ ਪ੍ਰੈਜੀਡੈਂਟ ਸੀਗੇ ਦੂਜੇ ਇਹ ਤਾਂ ਉੱਥੇ ਲਿਸਟ ਵੀ ਬਣ ਸਕਦੀ ਹੈ ਦਿਸ ਇਜ਼ ਹੈਪਨਿੰਗ ਜਿਵੇਂ ਪਹਿਲੇ ਪ੍ਰੈਜੀਡੈਂਟ ਗੁਰਦੁਆਰੇ ਦੇ ਏ ਸੀ ਸੈਕੰਡ ਏ ਸੀ ਥਰਡ ਏ ਸੀ ਜਿਵੇਂ ਗੁਰਦਰਸ਼ਨ ਹੋਣੀ ਰਹੇ ਨੇ ਦੂਜੇ ਰਹੇ ਨੇ ਹੈਨਾ ਸ਼ਮੀ ਆਪਣੇ The previous committee I've been there for as a president too, and many times vice president. It is already approved in so many meetings. We are going to make a board. When we started in 1975, all the presidents are named. Until now. So that the children will know. This is happening. Right. It's already in the queue. Thank you so much for watching and you have a lovely day. Vaheguru Ji Ka Khalsa, Vaheguru Ji Ki Fatah. I like to say thank you too also. Thank you, Bhai Sahib Ji. Bajaj Sahib, Tane Goh Bata Anbata Ethe Aanda. Shukriya Goh Bata Tha Time Kat Gaya. Very nice to talk to you. Thank you so much. God bless you. Thank you all. Thank you so much.